ਸਰਕਾਰ ਹੋਸ਼ ਮੇ ਆਓ, ਹੋਸ਼ ਮੇ ਆ ਕਰ ਬਾਤ ਕਰੋ। ਹੁਸ਼ਿਆਰਪੁਰ ਦੇ ਬੱਸ ਸਟੈਂਡ ਦੇ ਬਾਹਰ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਮਹਿਲਾਵਾਂ ਵੱਲੋਂ ਸਾਂਝੇ ਤੌਰ ਤੇ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਮੱਖਣ ਸਿੰਘ ਬਹਾਦਪੁਰ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਦੇ ਵਾਅਦੇ ਪੂਰੇ ਕਰਨ ਦੇ ਵਿੱਚ ਬਿਲਕੁਲ ਸਫਲ ਸਾਬਤ ਹੋਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਦਾ ਬਿਲਕੁਲ ਹੀ ਬਾਈਕਾਟ ਕੀਤਾ ਜਾਵੇਗਾ। ਗੁਰਜੀਤ ਸੋਨੂੰ ਅਤੇ ਗੁਰਪ੍ਰੀਤ ਗੋਪੀ ਦੀ ਰਿਪੋਰਟ। ਲਗਾਤਾਰ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦਾ ਹੈ, ਜਿਹੜਾ ਮੋਦੀ ਦੇਸ਼ ਦੀਆਂ ਜਿਹੜਾ ਪਬਲਿਕ ਸੈਕਟਰ ਹੈ ਉਹ ਪਬਲਿਕ ਸੈਕਟਰ ਨੂੰ ਖਤਮ ਕਰਨਾ ਚਾਹੁੰਦਾ ਹੈ, ਉਹਦੇ ਤੋਂ ਖਤਰਾ ਬਣਿਆ ਹੋਇਆ ਪੂਰਾ ਦੇਸ਼ ਨੂੰ ਇੱਧਰਲੇ ਪਾਸੇ ਲੈ ਕੇ ਜਾ ਰਿਹਾ ਹੈ। ਜਾਤੀ ਜਾਤਨਾ ਅਤੇ ਭਰਾਵਾਂ ਦੀ ਆਪਸ ਵਿੱਚ ਲੜਾਈ ਕਰਾਉਣ ਦੇ ਵਾਲੇ ਪਾਸੇ ਨੂੰ ਜਾ ਰਿਹਾ, ਇਸ ਕਰਕੇ ਅਸੀਂ ਚਾਹੁੰਦੇ ਹਾਂ ਮੋਦੀ ਦੀ ਸਰਕਾਰ ਨੂੰ ਫੜਾਇਆ ਜਾਵੇ। ਦੂਜਾ ਸਾਡਾ ਸੀਗਾ ਕਿ ਪੰਜਾਬ ਦੀ ਸਰਕਾਰ ਮੁਲਾਜ਼ਮਾਂ ਦੇ ਨਾਲ ਬੜੇ ਵੱਡੇ ਵਾਅਦੇ ਕੀਤੇ, ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਜਦੋਂ ਮੇਰੀ ਸਰਕਾਰ ਆਈ, ਮੈਂ ਆਉਂਦਿਆਂ ਤੁਹਾਨੂੰ ਸਾਰਿਆਂ ਨੂੰ ਪੱਕਾ ਕਰ ਦੂੰਗਾ। ਇੱਕ ਵਾਰ ਨਹੀਂ 15 ਵਾਰ ਚਿੱਠੀਆਂ ਜਾਰੀ ਕਰ ਦਿੱਤੀਆਂ, ਪਰ ਪੰਜਾਬ ਦੇ ਵਿੱਚ ਇੱਕ ਵੀ ਮੁਲਾਜ਼ਮ ਜਿਹੜਾ ਅੱਜ ਤੱਕ ਪੱਕਾ ਨਹੀਂ ਹੋਇਆ। ਅੱਜ ਜਲ ਸਪਲਾਈ ਸੈਨੀਟੇਸ਼ਨ ਦਾ ਮੰਤਰੀ ਇੱਥੇ ਬੈਠਾ ਅਜਿੰਪਾ ਜੀ, ਉਹਦੇ ਅਦਾਰੇ ਦੇ ਅੰਦਰ 112 ਮੁਲਾਜ਼ਮਾਂ ਦੀ ਮੌਤ ਹੋ ਗਈ, 3 ਸਾਲ ਹੋ ਗਏ, ਇੱਕ ਨੂੰ ਵੀ ਜਿਹੜੀ ਨੌਕਰੀ ਨਹੀਂ ਮਿਲ ਸਕੀ। ਜਿਹੜੀ ਨੌਕਰੀ ਸਰਕਾਰ ਨੇ ਦੇਣੀ ਹੁੰਦੀ ਹੈ, 10,000 ਦੀ ਨੌਕਰੀ ਦੇਣੀ ਹੁੰਦੀ ਹੈ, ਉਹ ਵੀ ਨੌਕਰੀ ਨਹੀਂ ਮਿਲ ਸਕੀ। ਜੇ ਪੈਨਸ਼ਨ ਦਾ ਵਾਅਦਾ ਕੀਤਾ ਉਹ ਪੁਰਾਣੀ ਪੈਨਸ਼ਨ ਬਹਾਲ ਕਰਦੀ ਸੀ, ਅੱਜ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋ ਸਕੀ। ਡੀਏ ਦੀਆਂ 3 ਕਿਸ਼ਤਾਂ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ, ਇਹਦੇ ਨਾਲ ਇੱਕ ਨਹੀਂ ਭਰਤੀਆਂ ਦੀ ਗੱਲ ਕਰਦੇ ਆ। ਜਲ ਸਪਲਾਈ ਸੈਨੀਟੇਸ਼ਨ ਦਾ ਅਦਾਰਾ ਟੋਟਲ ਜਿਹੜਾ ਖਾਲੀ ਹੋ ਚੱਲਿਆ, ਇੱਕ ਵੀ ਮੁਲਾਜ਼ਮ ਜਿਹੜਾ ਭਰਤੀ ਨਹੀਂ ਕੀਤਾ ਜਾ ਰਿਹਾ। PWD ਦਾ ਸੋਚਿਆ ਅਦਾਰਾ ਖਾਲੀ ਹੋ ਰਿਹਾ, ਕਿਹੜੇ ਕਿਹੜੇ ਅਦਾਰੇ ਦੀ ਮੈਂ ਗੱਲ ਕਰਾਂ, ਇੱਕ ਵੀ ਅਦਾਰੇ ਦੇ ਅੰਦਰ ਕੋਈ ਭਰਤੀ ਨਹੀਂ ਕੀਤੀ ਜਾ ਰਹੀ। ਜਿਹੜੀ ਮਾਂ ਸਰਕਾਰ ਕਹਿੰਦੀ ਅਸੀਂ ਭਰਤੀਆਂ ਕਰਾਂਗੇ। ਹਮਾਰੇ ਕੋਚਿੰਗ ਇੰਸਟੀਟਿਊਟ ਮੇ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਯਾ ਕੋਚਿੰਗ ਲੇਨੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋ ਹਮਾਰੇ ਸਾਥ ਐਡਮਿਸ਼ਨ ਲੇਨੇ ਪੇ ਬਚ ਸਕਤਾ ਹੈ। ਹਮਾਰੇ ਪਾਸ ਵੈਨ